ਡੇਢ ਲੱਗਿਆ ਸਾਨੂੰ। ਹਾਂਜੀ, ਤੁਸੀਂ ਲਗਭਗ 1500 ਰੁਪਏ ਦਾ ਤੇਲ ਫੂਕ ਕੇ ਆਏ ਹੋ ਕਾਰ ਦੇ ਵਿੱਚ, ਕਾਰ ਲੈ ਕੇ ਆਏ ਹੋ। ਜਦੋਂ ਪਿੰਡਾਂ ਵਿੱਚ ਆਏ ਹਾਂ, ਕਈ ਏਰੀਆ ਸੀ ਥੋੜ੍ਹਾ ਜਿਹਾ ਆਊਟ ਏਰੀਆ, ਤੇ ਸਾਨੂੰ ਐਂ ਲੱਗਿਆ ਵੀ ਦੂਰ ਹੈਗਾ, ਫਿਰ ਚਲੋ ਮਨ 'ਚ ਸੋਚਿਆ ਵੀ ਆਪਾਂ ਜਾਣਾ ਸਿਰਫ ਜਾਂ ਵੈਸੀ ਫੇਕ ਹੀ ਆ, ਸਾਰਾ ਢੋਂਕਲੇ ਵਜੀ ਹੋਈ ਆ। ਨਹੀਂ ਜੀ, ਜੋ ਵੀਡੀਓ 'ਚ ਦੇਖਿਆ ਹੈਗਾ ਉਹ ਸੱਚ ਹੀ ਆ। ਜੋ ਮੇਰੇ ਆਹ ਡਿਸਪਲੇ ਲੱਗਿਆ ਵੁਡਨ ਦਾ, ਠੀਕ ਹੈ, ਇਹਨਾਂ ਨੂੰ ਬਹੁਤ ਸ਼ਾਨਦਾਰ ਪ੍ਰਾਈਜ਼ ਲਗਾਇਆ, ਮੈਂ ਐਕਸਪੋਜ਼ ਨਹੀਂ ਕਰਾਂਗਾ ਕੀ ਪ੍ਰਾਈਜ਼ ਲਗਾਇਆ। ਜੈ ਮਾਤਾ ਦੀ। ਦੋਸਤੋ, ਬਹੁਤ ਦੂਰੋਂ ਆਏ ਨੇ ਵੀਰ, ਆਏ ਨੇ ਸੰਦੀਪ ਜੀ ਔਰ ਰਾਜੂ ਕਰਿਆਨਾ ਸਟੋਰ ਗੁਰੂ, ਇਹ ਕੋਠਾ ਗੁਰੂ ਤੋਂ ਆਏ ਨੇ ਵੀਰ। ਲਗਭਗ ਮੈਂ ਮੈਪ 'ਤੇ ਚੈੱਕ ਕੀਤਾ, 110 ਕਿਲੋਮੀਟਰ ਦੇ ਲਗਭਗ ਹੈ ਜੀ ਮੈਪ ਦੇ ਉੱਤੇ। ਇਹਨਾਂ ਨੇ ਲੈਣਾ ਸੀ AC। ਇਹ ਵੀਰ ਹੈਗੇ ਨੇ ਸੰਦੀਪ ਜੀ, ਹੈਗੇ ਆਰਮੀ ਦੇ ਵਿੱਚ ਔਰ ਇਹਨਾਂ ਦਾ ਕਰਿਆਨੇ ਦਾ ਕੰਮ ਆ ਬਹੁਤ ਸ਼ਾਨਦਾਰ ਉੱਥੇ, ਹੈ ਨਾ। ਇਹ ਭਗਤੇ ਭਾਈ ਦੇ ਕੋਲੋਂ ਆਏ ਨੇ, ਬਹੁਤ ਸ਼ਾਨਦਾਰ। ਇਹ ਮੇਰੀਆਂ ਫੇਸਬੁੱਕ 'ਤੇ ਵੀਡੀਓ ਦੇਖਦੇ ਸੀ, ਉਹ ਤੋਂ ਮਤਲਬ ਇੰਪ੍ਰੈਸ ਹੋਏ। ਇਹਨਾਂ ਨੇ ਮੈਨੂੰ ਮਿਲਣਾ ਸੀ, ਮਤਲਬ ਇੱਦਾਂ ਲਾ ਲਓ। ਬਾਕੀ ਬਹੁਤ ਵਧੀਆ ਲੱਗਿਆ ਇਹਨਾਂ ਨਾਲ, ਮੈਂ ਲਗਭਗ ਘੰਟਾ ਹੋ ਗਿਆ ਸਾਨੂੰ ਗੱਲਾਂ ਕਰਦਿਆਂ ਨੂੰ। ਜਦੋਂ ਕੋਈ ਇੰਨੀ ਦੂਰੋਂ ਆਉਂਦਾ ਬੰਦਾ ਤਾਂ ਮੈਂ ਬਹੁਤ ਟਾਈਮ ਦਿੰਦਾ ਉਸ ਬੰਦੇ ਨੂੰ, ਹੈ ਨਾ। ਮੇਰਾ ਫਰਜ਼ ਬਣਦਾ ਜਦੋਂ ਇੰਨਾ ਪਿਆਰ ਦਿਖਾਉਂਦਾ ਬੰਦਾ, ਹੈ ਨਾ, ਇੰਨੀ ਦੂਰੋਂ ਆਉਂਦਾ, ਤਾਂ ਮੇਰਾ ਵੀ ਰਿਟਰਨ ਕਰਨ ਦਾ ਕੁਛ ਫਰਜ਼ ਬਣਦਾ, ਹੈ ਨਾ। ਆਪਾਂ ਪੈਸੇ ਨਹੀਂ, ਮਤਲਬ ਉਹਦੇ ਇਹ ਨਹੀਂ ਹੁੰਦਾ ਕਿ ਆਪਾਂ ਪੈਸਿਆਂ ਕਰਕੇ ਜਾਂਦੇ ਹਾਂ ਕਿ ਕੋਈ ਘੱਟ ਚੀਜ਼ ਮਿਲਦੀ ਆ ਜਾਂ ਵੱਧ ਚੀਜ਼ ਮਿਲਦੀ ਆ ਜਾਂ ਕੁਛ ਵੀ ਆ। ਇਹ ਨਹੀਂ ਹੈਗਾ ਕਿ ਕੋਈ ਫਾਇਦੇ ਲਈ ਆਏ ਨੇ ਕਿ 5000 ਫਾਇਦਾ ਹੋ ਜੂ, 10000 ਫਾਇਦਾ ਹੋ ਜੂਗਾ, ਇੱਕ ਮਿਲਣਾ ਗਿਲਣਾ ਹੋ ਜਾਂਦਾ। ਬਾਕੀ ਬਹੁਤ ਵਧੀਆ ਲੱਗਿਆ ਵੀਰ ਜੀ ਨਾਲ। ਇਹਨਾਂ ਨੇ ਲਿਆ ਜੀ ਮੇਰੇ ਕੋਲੋਂ ਗੋਦਰੇਜ ਦਾ AC ਔਰ ਇਹਨਾਂ ਨੇ ਲਿਆ ਵੁਡਨ ਵਾਲਾ AC, ਜੋ ਮੇਰੇ ਆਹ ਡਿਸਪਲੇ ਲੱਗਿਆ ਵੁਡਨ ਦਾ, ਠੀਕ ਹੈ। ਇਹਨਾਂ ਨੂੰ ਬਹੁਤ ਸ਼ਾਨਦਾਰ ਪ੍ਰਾਈਜ਼ ਲਗਾਇਆ, ਮੈਂ ਐਕਸਪੋਜ਼ ਨਹੀਂ ਕਰਾਂਗਾ ਕੀ ਪ੍ਰਾਈਜ਼ ਲਗਾਇਆ, ਕਰ ਨਹੀਂ ਸਕਦਾ, ਠੀਕ ਹੈ। ਫਿਰ ਹੋਰ ਦੁਕਾਨਦਾਰਾਂ ਨੂੰ ਪ੍ਰੋਬਲਮ ਆ ਜਾਂਦੀ ਆ, ਕਿਉਂਕਿ ਪੂਰੇ ਪੰਜਾਬ ਦੇ ਵਿੱਚ AC ਪਏ ਨੇ, ਫਿਰ ਸਾਨੂੰ ਕਾਲਜ਼ ਆਉਣੀਆਂ ਸ਼ੁਰੂ ਹੋ ਜਾਂਦੀਆਂ ਨੇ ਪੰਜਾਬ ਦੇ ਵਿੱਚੋਂ, ਸਾਡੇ ASM ਸਾਹਿਬ ਤੋਂ, ਕੰਪਨੀ ਦੇ ਪਰਸਨ ਤੋਂ ਕਾਲਾਂ ਆਉਣ ਲੱਗ ਜਾਂਦੀਆਂ ਨੇ। ਅਤੇ ਬਾਕੀ ਰਾਜੂ ਵੀਰ ਨੂੰ ਪੁੱਛਾਂਗੇ ਕਿਵੇਂ ਲੱਗਿਆ ਇੱਥੇ, ਸੱਚਮੁੱਚ ਸਹੀ ਹੈ ਜਾਂ ਵੈਸੀ ਫੇਕ ਹੀ ਹੈ, ਸਾਰਾ ਢੋਂਕਲੇ ਵਜੀ ਹੋਈ ਆ। ਹਾਂਜੀ, ਨਹੀਂ ਜੀ, ਜੋ ਵੀਡੀਓ 'ਚ ਦੇਖਿਆ ਹੈਗਾ ਉਹ ਸੱਚ ਹੀ ਆ, ਸਾਡਾ ਬਹੁਤ ਜ਼ਿਆਦਾ ਫਾਇਦਾ ਹੋ ਗਿਆ ਸਾਡਾ ਇੱਥੇ ਆਉਣ ਨਾਲ। ਤੁਹਾਨੂੰ ਇੱਥੇ ਵੈਸੇ ਕਿਵੇਂ ਲੱਗਿਆ? ਮਤਲਬ ਬਹੁਤ ਵਧੀਆ ਜੀ, ਬਹੁਤ ਵਧੀਆ ਡੀਲ। ਹਾਂਜੀ ਹਾਂਜੀ ਹਾਂਜੀ, ਨਹੀਂ ਜੀ ਨਹੀਂ, ਬਹੁਤ ਵਧੀਆ। ਰਸਤੇ 'ਚ ਤਾਂ ਸੋਚਿਆ ਕੀ ਪੰਗਾ ਲੈਣ? ਨਹੀਂ ਜੀ, ਪਹਿਲਾਂ ਤਾਂ ਐਂ ਲੱਗਿਆ ਵੀ ਜਦੋਂ ਪਿੰਡਾਂ ਵਿੱਚ ਆਏ, ਕਈ ਏਰੀਆ ਸੀ ਥੋੜ੍ਹਾ ਆਊਟ ਏਰੀਆ, ਤੇ ਸਾਨੂੰ ਐਂ ਲੱਗਿਆ ਵੀ ਦੂਰ ਹੈਗਾ, ਫਿਰ ਚਲੋ ਮਨ 'ਚ ਸੋਚਿਆ ਵੀ ਆਪਾਂ ਜਾਣਾ ਸਿਰਫ ਇੱਕ ਪਿਆਰ ਕਰਕੇ ਚੱਲੇ ਆ। ਮੇਨ ਪਿਆਰ ਦੀ ਗੱਲ। ਹਾਂਜੀ 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 ਵੀਰ ਜੀ, ਬਹੁਤ ਵਧੀਆ ਲੱਗਾ ਜੀ ਇੱਥੇ ਸਾਨੂੰ ਆ ਕੇ, ਬਹੁਤ ਵਧੀਆ ਜੈਨੂਅਨ ਰੇਟ ਲੱਗਿਆ ਸਾਨੂੰ। ਹਾਂਜੀ, ਤੁਸੀਂ ਲਗਭਗ 1500 ਰੁਪਏ ਦਾ ਤੇਲ ਫੂਕ ਕੇ ਆਏ ਹੋ ਕਾਰ ਦੇ ਵਿੱਚ, ਕਾਰ ਲੈ ਕੇ ਆਏ ਹੋ। ਮੇਰਾ ਵੀ ਫਰਜ਼ ਬਣਦਾ ਕਿ ਤੁਹਾਨੂੰ ਕੁਛ ਨਾ ਕੁਛ ਯਾਨੀ ਕਿ ਕੁਛ ਕਰਿਆ ਜਾਵੇ, ਹੈ ਨਾ। ਗੱਲ ਰੁਪਈਆਂ ਦੀ ਨਹੀਂ ਹੁੰਦੀ, ਚਲੋ ਰੁਪਈਆਂ ਦੀ ਤੋੜ ਕਿਸੇ ਕੋਲੇ ਵੀ ਨਹੀਂ, ਤੁਹਾਡੇ ਕੋਲੇ ਵੀ ਨਹੀਂ, ਆਪਣੇ ਕੋਲੇ ਵੀ ਨਹੀਂ, ਸਾਰੇ ਡਿਜ਼ਰਵ ਕਰਦੇ ਨੇ। ਪਰ ਇੱਕ ਪਿਆਰ ਮਤਲਬ ਜ਼ਰੂਰੀ ਹੈ, ਰਿਟਰਨ ਹੋਣਾ ਚਾਹੀਦਾ ਪਿਆਰ ਬਦਲੇ ਪਿਆਰ। ਫਿਰ ਵੀ ਕਿਵੇਂ ਲੱਗਿਆ ਤੁਹਾਨੂੰ? ਬਹੁਤ ਵਧੀਆ ਲੱਗਾ ਜੀ। ਹੈ ਜੀ, ਛੁੱਟੀ ਆਏ ਹੋ? ਹਾਂਜੀ ਹਾਂਜੀ, ਛੁੱਟੀ ਆਏ ਹੋ ਜੀ। ਚਲੋ, ਬਹੁਤ ਵਧੀਆ ਗੱਲ ਹੈ, ਸਾਰੇ ਹੀ ਤੁਹਾਨੂੰ ਪਰਿਵਾਰ ਨੂੰ ਲੱਖ ਲੱਖ ਵਧਾਈਆਂ। ਕੁਛ ਕਹਿਣਾ ਜੀ? ਮਨ ਬਹੁਤ ਵਧੀਆ ਇੱਥੇ ਆ ਕੇ, ਵਧੀਆ ਲੱਗੇ, ਬਿਲਕੁਲ ਵਧੀਆ, ਸਾਡਾ ਬਹੁਤ ਫਾਇਦਾ ਹੋਇਆ ਸਾਡਾ ਇੱਥੇ ਆਉਣ ਦਾ। ਬਾਕੀ ਪਿਆਰ ਦੀਆਂ ਗੱਲਾਂ ਹੁੰਦੀਆਂ, ਸਾਰਾ ਕੁਝ ਫਾਇਦਾ ਵੀ ਦੇਖਿਆ ਜਾਂਦਾ। ਉਹ ਤਾਂ ਹੈ, ਬਹੁਤ ਵਧੀਆ ਡੀਲਿੰਗ, ਬਹੁਤ ਵਧੀਆ ਹੋਈ ਸਾਡੇ ਨਾਲ, ਬਹੁਤ ਸਾਨੂੰ ਵਧੀਆ। ਜੀ, ਦੀਪਕ ਟੈਲੀਕੋਮ ਵੱਲੋਂ ਜੈ ਮਾਤਾ ਦੀ। ਜੈ ਮਾਤਾ ਦੀ।